ਸਰਦੀ ਦੀ ਇੱਕ ਸਵੇਰ ਨੂੰ ਪਤਨੀ ਨੇ ਬਾਰੀ ਚੋਂ ਬਾਹਰ ਵੇਖਦਿਆਂ ਕਿਹਾ ਧੁੰਦ ਬੜੀ ਐ ਕੋਈ ਬੰਦਾ ਵਖਾਈ ਨਹੀਂ ਦਿੰਦਾ ਪਤੀ ਨੇ ਕਿਹਾ ਸਵੇਰੇ ਹੀ ਬੰਦੇ ਲੱਭਣ ਲੱਗ ਪਈਆਂ ਪਤਨੀ ਨੇ ਕਿਹਾ ਮੇਰਾ ਮਤਲਬ ਸੀ ਕਿ ਧੁੰਦ ਚ ਹੱਥ ਨੂੰ ਹੱਥ ਨਹੀਂ ਦਿਸਦਾ ਪਤੀ ਬੋਲਿਆ ਹੱਥ ਨੂੰ ਹੱਥ ਕਿਵੇਂ ਦਿਸੇ ਹੱਥ 'ਚ ਕੋਈ ਅੱਖ ਲੱਗੀ ਹੋਈ ਐ ਪਤਨੀ ਬੋਲੀ ਮੈਂ ਤਾਂ ਸੁਭਾਵਕ ਹੀ ਮੌਸਮ ਠੰਡ ਤੇ ਧੁੰਦ ਦੀ ਗੱਲ ਕੀਤੀ ਸੀ ਤੁਸੀਂ ਤਾਂ ਹਰ ਗੱਲ 'ਚ ਕੰੰਗੀ ਫੇਰਨ ਲੱਗ ਪਏ ਹੋ 三娃。啊